ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈਸ ਫਿਊਡਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ 'ਚ ਡਿਸਕਸ ਕਰਾਂਗੇ ਪੰਜਾਬ ਸਕੂਲ ਨਾਲ ਰਿਲੇਟਡ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਹੋਰ ਅਦਰ ਸਕੂਲਾਂ ਦੇ ਵਿੱਚ ਹੌਲੀਡੇਜ਼ ਜਿਹੜੀਆਂ ਕਦੋਂ ਤੱਕ ਰਹਿਣਗੀਆਂ ਕਦੋਂ ਫਿਰ ਦੁਬਾਰਾ ਸਕੂਲ ਖੁੱਲਣਗੇ ਕਿੰਨੀਆਂ ਹੌਲੀਡੇਜ਼ ਜਿਹੜੀਆਂ ਤੁਹਾਨੂੰ ਹੁਣ ਹੋਣਗੀਆਂ ਇਹ ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਸਾਰੇ ਸਟੂਡੈਂਟ ਨੂੰ ਪਤਾ ਹੀ ਹੈ ਕਿ ਅਸੀਂ ਇਸ ਚੈਨਲ ਦੇ ਉੱਪਰ 8th 9th ਐਂਡ 10th ਨਾਲ ਰਿਲੇਟਡ ਤੁਹਾਡੇ ਐਜੂਕੇਸ਼ਨ ਵੀਡੀਓ ਅਸੀਂ ਪਾਉਂਦੇ ਰਹਿੰਦੇ ਹਾਂ ਤੇ ਉਸ ਤੋਂ ਇਲਾਵਾ ਹੋਰ ਵੀ ਮਤਲਬ ਕਿ ਤੁਹਾਡੇ ਕੋਲ ਸਕਾਲਰਸ਼ਿਪ ਦੇ ਨਾਲ ਰਿਲੇਟਡ ਜਾਂ ਹੋਰ ਵੀ ਕੋਈ ਨਵੀਂ ਇਨਫੋਰਮੇਸ਼ਨ ਜਦੋਂ ਤੁਹਾਨੂੰ ਪਤਾ ਲੱਗਦੀ ਹੈ ਤਾਂ ਅਸੀਂ ਵੀਡੀਓ ਪਾ ਕੇ ਜ਼ਰੂਰ ਸ਼ੇਅਰ ਕਰਦੇ ਹਾਂ ਸੋ ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੱਕ ਜਲਦੀ ਪਹੁੰਚ ਜਾਵੇ ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਜਿਹੜਾ ਹੈਗਾ ਆਪਣੇ ਕੋਲ ਸੈਕਿੰਡ ਸੈਚਰਡੇ ਆ 12 ਤਰੀਕ ਹੈ ਸੋ ਉਹਦੀ ਆਪਣੇ ਕੋਲ ਛੁੱਟੀ ਹੋਊਗੀ ਨੈਕਸਟ ਆਪਣੇ ਕੋਲ ਸੰਡੇ ਆ ਗਿਆ ਉਸ ਦਿਨ ਦੀ ਵੀ ਛੁੱਟੀ ਹੈ ਨੈਕਸਟ ਆਪਣੇ ਕੋਲ 14 ਜਿਹੜਾ ਹੈਗਾ ਇਸ ਦਿਨ ਛੁੱਟੀ ਤਾਂ ਨਹੀਂ ਸਕੂਲਾਂ ਦੇ ਵਿੱਚ ਪਰ ਛੁੱਟੀ ਵਰਗਾ ਮਾਹੌਲ ਇੱਕ ਸਕੂਲਾਂ ਦੇ ਵਿੱਚ ਬਣਿਆ ਰਹਿਣਾ ਕਿਉਂਕਿ ਨੈਕਸਟ ਡੇ ਜਿਹੜਾ ਹੈਗਾ ਉਹ 15 ਅਗਸਤ ਹੈ ਤੇ ਜਿਹੜੀ ਤਿਆਰੀ ਜਿਹੜੀ ਹੈਗੀ ਆ ਉਹ 14 ਅਗਸਤ ਨੂੰ ਸਕੂਲਾਂ ਦੇ ਵਿੱਚ ਚੱਲੂਗੀ ਤੇ ਨੈਕਸਟ 15 ਅਗਸਤ ਨੂੰ ਤਾਂ ਛੁੱਟੀ ਰਹਿਣੀ ਹੈ ਸਕੂਲਾਂ ਦੇ ਵਿੱਚ ਜਿਨ੍ਹਾਂ ਨੇ ਸਟੇਡੀਅਮ 'ਚ ਜਾਣ ਲਈ ਕਿਸੇ ਫੰਕਸ਼ਨ ਦੇ ਵਿੱਚ ਪਾਰਟਿਸਪੇਟ ਕੀਤਾ ਹੋਇਆ ਉਹਨਾਂ ਨੇ ਆਪਣੇ ਫੰਕਸ਼ਨ ਦੇ ਰਿਲੇਟਡ ਜਿਹੜਾ ਹੈਗਾ ਆਪਣੇ ਸਟੇਡੀਅਮ ਦੇ ਵਿੱਚ ਪਹੁੰਚ ਜਾਣਾ ਤੇ ਉੱਥੇ ਜਾ ਕੇ ਆਪਣੀ ਜਿਹੜੀ ਪਾਰਟਿਸਪੇਸ਼ਨ ਦਿਖਾਉਣੀ ਹੈ ਤੇ ਉਸ ਤੋਂ ਨੈਕਸਟ ਡੇ ਜਿਹੜਾ ਹੈਗਾ 16 ਤਰੀਕ ਹੈ ਫਿਰ 16 ਤਰੀਕ ਨੂੰ ਵੀ ਜਿਹੜਾ ਹੈਗਾ ਜ਼ਿਆਦਾਤਰ ਜਿਹੜੇ ਸਕੂਲਾਂ ਦੇ ਵਿੱਚ ਆਪਣੇ ਲੈਵਲ ਤੇ ਛੁੱਟੀ ਕਰ ਦਿੱਤੀ ਜਾਂਦੀ ਹੈ ਕਿਉਂਕਿ 15 ਤਰੀਕ ਨੂੰ ਸਟੂਡੈਂਟ ਐਂਡ ਟੀਚਰ ਜਿਹੜੇ ਨੇ ਉਹ ਫੰਕਸ਼ਨ ਦੀ ਤਿਆਰੀਆਂ ਕਰਕੇ ਥੱਕ ਚੁੱਕੇ ਹੁੰਦੇ ਨੇ ਸੋ ਇਸ ਕਰਕੇ ਜ਼ਿਆਦਾਤਰ ਸਕੂਲ ਜਿਹੜੇ ਹੈਗੇ ਆਪਣੇ ਲੈਵਲ ਦੇ 16 ਤਰੀਕ ਦੀ ਵੀ ਜਿਹੜੀ ਛੁੱਟੀ ਕਰ ਦਿੰਦੇ ਆ ਸੋ ਇਸ ਕਰਕੇ ਇਹ ਜਿਹੜੀਆਂ ਕੰਟੀਨਿਊਸ ਦੀ ਛੁੱਟੀਆਂ ਤਕਰੀਬਨ ਤੁਹਾਡੀਆਂ 4 ਜਾਂ 5 ਜਿਹੜੀਆਂ ਬਣ ਜਾਂਦੀਆਂ ਪਰ ਇਹਨਾਂ ਛੁੱਟੀਆਂ ਦਾ ਲਾਹਾ ਜਿਹੜਾ ਸਿਰਫ ਸਟੂਡੈਂਟ ਤੁਸੀਂ ਹੁਣ ਉਸੇ ਤਰੀਕੇ ਨਾਲ ਲੈਣਾ ਕਿ ਜਿਹੜੀ ਆਪਣੀ ਸਟੱਡੀ ਆ ਉਹ ਤੁਸੀਂ ਇਹਦੇ ਵੱਲ ਤੁਸੀਂ ਜ਼ਿਆਦਾ ਧਿਆਨ ਰੱਖਣਾ ਤੁਸੀਂ ਆਪਣਾ ਇੱਕ ਟਾਈਮ ਟੇਬਲ ਜ਼ਰੂਰ ਬਣਾਓ ਕਿ ਇਹਨਾਂ ਛੁੱਟੀਆਂ ਦੇ ਵਿੱਚ ਜਿਹੜਾ ਮੈਂ ਇਸ ਟਾਈਮ ਤੇ ਇੰਨੀ ਸਟੱਡੀ ਕਰਨੀ ਹੈ ਉਹਦੇ ਚੈਪਟਰ ਨੂੰ ਜਿਹੜਾ ਮੈਂ ਕਵਰ ਕਰਕੇ ਚਲੇ ਜਾਣਾ ਔਰ ਆਪਣੀ ਜਿਹੜੀ ਪ੍ਰੈਕਟਿਸ ਜਿਹੜੀ ਹੈ ਮੈਥ ਸਾਇੰਸ ਇੰਗਲਿਸ਼ ਦੀ ਜ਼ਰੂਰ ਤੁਸੀਂ ਆਪਣੇ ਨਾਲ ਦੀ ਨਾਲ ਕਰਦੇ ਜਾਓ ਤੁਹਾਨੂੰ 8th 9th 10th ਕਲਾਸ ਦੇ ਵਿੱਚ ਮੈਥ ਦਾ ਜਿਹੜਾ ਵੀ ਟੌਪਿਕ ਤੁਹਾਨੂੰ ਨਹੀਂ ਸਮਝ ਆਉਂਦਾ ਜਿਹੜਾ ਚੈਪਟਰ ਨਹੀਂ ਸਮਝ ਆਉਂਦਾ ਤੁਸੀਂ ਮੈਨੂੰ ਕਮੈਂਟ ਰੂਪ ਦੇ ਵਿੱਚ ਦੱਸ ਸਕਦੇ ਹੋ ਤੇ ਮੈਂ ਤੁਹਾਡੇ ਉਹਦੇ ਰਿਲੇਟਡ ਜਿਹੜੀ ਹੈ ਵੀਡੀਓ ਜਿਹੜੀ ਤੁਹਾਨੂੰ ਜ਼ਰੂਰ ਬਣਾ ਕੇ ਦੇ ਦੂੰਗਾ ਇੱਕ ਸਟੂਡੈਂਟ 27 ਅਗਸਤ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਇਹਦੀ ਵੀਡੀਓ ਜਿਹੜੀ ਬਣਾਈ ਹੋਈ ਹੈ 27 ਅਗਸਤ ਨੂੰ ਡਾਕਟਰ ਅੰਬੇਦਕਰ ਜੀ ਦੇ ਨਾਮ ਤੇ ਇੱਕ ਕੁਇਜ਼ ਕੰਪੀਟੀਸ਼ਨ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਹੋਊਗਾ ਜਿਸ ਦੇ ਵਿੱਚ ਪਹਿਲਾ ਇਨਾਮ ਜਿਹੜਾ ਹੈਗਾ ਉਹ 50,000 ਰੁਪਏ ਰੱਖਿਆ ਹੋਇਆ ਦੂਜਾ ਇਨਾਮ 20,000 ਹੈ ਤੀਜਾ ਇਨਾਮ ਜਿਹੜਾ ਹੈਗਾ 10,000 ਹੈ ਤੇ ਉਸ ਤੋਂ ਇਲਾਵਾ 250 ਸਟੂਡੈਂਟ ਜਿਹੜੇ ਉਹਨਾਂ ਨੂੰ 1000 ਰੁਪਏ ਦੇ ਨਾਲ ਸਨਮਾਨਿਤ ਵੀ ਕੀਤਾ ਜਾਊਗਾ ਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਸੋ ਇਸ ਕੰਪੀਟੀਸ਼ਨ ਦਾ ਰਿਲੇਟਡ ਤੁਸੀਂ ਹੋਰ ਜਾਣਕਾਰੀ ਜੇ ਲੈਣੀ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦਾ ਲਿੰਕ ਦਿੱਤਾ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮੈਂ ਕੁਝ ਇੰਪੋਰਟੈਂਟ ਕੁਐਸਚਨ ਦੀ ਵੀ ਉਹਦੇ ਰਿਲੇਟਡ ਜਿਹੜੀ ਵੀਡੀਓ ਵੀ ਪਾਈ ਹੋਈ ਹੈ ਤੁਸੀਂ ਉਹ ਵੀ ਜਾ ਕੇ ਆਪਣਾ ਤਿਆਰੀ ਕਰ ਸਕਦੇ ਹੋ ਸੋ ਜੁੜੇ ਰਹੋ ਜੀ ਫਿਰ ਜੈਸਟੂਡ ਦੇ ਨਾਲ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਵੈਰੀ ਮਚ